ਇੱਦਾਂ ਹੀ ਹੁੰਦਾ ਨਾ ਜੀ ਪੁਲਿਸ ਸਟੇਸ਼ਨ, ਦੇਖ ਲਓ ਕਿਉਂਕਿ ਮੈਂ ਤਾਂ ਤੱਕ ਕਰੇ ਥਾਣੇ ਗਿਆ ਨਹੀਂ। ਹੁਣ ਤੁਹਾਨੂੰ ਲੈ ਕੇ ਚੱਲਦੇ ਜੀ ਦੁਬਈ। ਲਓ ਇਹਦੀ ਫੀਲ ਇੰਨੀ ਸੋਹਣੀ ਬਣਾਈ ਹੋਈ ਹੈ ਕਿ ਸੋ ਜਿਹਨੇ ਜਿਹਨੇ ਮੇਰੇ ਨਾਲ ਪ੍ਰਾਈਵੇਟ ਜੈੱਟ ਦੀ ਸੈਰ ਕਰਨੀ ਹੈ ਉਹ ਆ ਜਾਓ ਭਾਈ। ਚੱਲਦੇ ਜੀ ਦੁਬਈ। ਲਓ ਜੀ ਯਾਲਾ ਹਬੀਬੀ, ਦੇਖੋ ਜੀ ਮੈਂ 5 ਸਾਲ ਦੁਬਈ ਲੈ ਕੇ ਰਹਿ ਕੇ ਆਇਆ। ਸੋ ਜੋ ਦੁਬਈ ਦੀ ਡਿਟੇਲਿੰਗ ਹੈ ਨਾ, ਉਹ ਮੈਨੂੰ ਲੱਗਦਾ ਦੁਬਈ 'ਚ ਵੀ ਫਿੱਕੀ ਪਾਉਂਦੀ ਹੋਊਗੀ, ਬਟ ਇੱਥੇ ਇਹਨਾਂ ਨੇ ਐਨ ਪੂਰਾ ਨਿਖਾਰ ਕੇ ਚੀਜ਼ ਆਈ ਹੈ, ਠੀਕ ਹੈ ਨਾ। ਦੁਬਈ ਦੇ ਵਿੱਚ ਮੈਂ ਓਲਡ ਦੁਬਈ ਦਾ ਮਿਊਜ਼ੀਅਮ ਗਿਆ ਸੀਗਾ, ਮੈਂ ਉੱਥੇ ਇਹ ਐਜ਼ ਇਟ ਇਜ਼ ਸੇਮ ਟੂ ਸੇਮ ਚੀਜ਼ਾਂ ਦੇਖੀਆਂ ਸੀ। ਬਟ ਮੈਂ ਸ਼ੌਕ ਰਹਿ ਗਿਆ ਜਦ ਮੈਂ ਇਹ ਚੀਜ਼ਾਂ ਦੇਖੀਆਂ ਸੀ ਨਾ, ਕਿ ਜੀ ਜਿਹੜਾ ਵੀ ਆਰਟ ਡਾਇਰੈਕਟਰ ਸੀ ਨਾ, ਉਹਨੇ ਬਾਖੂਬੀ ਉਸ ਚੀਜ਼ ਨੂੰ ਫੋਲੋ ਕਰਕੇ ਚੀਜ਼ਾਂ ਇੱਥੇ ਮੈਂਟੇਨ ਕਰੀਆਂ ਨੇ, ਅਤੇ ਐਜ਼ ਇਟ ਇਜ਼ ਇਸ ਚੀਜ਼ ਨੂੰ ਉਹ ਰੂਪ ਦਿੱਤਾ ਹੈ। ਤੁਸੀਂ ਦੇਖ ਸਕਦੇ ਹੋ, ਵਾਹ। ਸੋ ਇੱਥੇ ਪ੍ਰੋਪਸ ਵੀ ਪਈਆਂ ਨੇ ਜੇ ਤੁਸੀਂ ਪ੍ਰੋਪਰਟੀ ਯੂਜ਼ ਕਰਨੀ ਹੈ। ਦੇਖੋ ਪੂਰੀ ਡਿਟੇਲਿੰਗ ਹੈ ਜਿਵੇਂ ਦੇ ਦੁਬਈ ਦੇ ਵਿੱਚ ਪੁਰਾਣਾ ਟਾਈਮ ਸੀ ਜਿਹੜਾ, ਠੀਕ ਹੈ ਨਾ, ਅਤੇ ਉਹ ਚੀਜ਼ ਨੂੰ ਬਿਲਕੁਲ ਬਾਖੂਬੀ ਇੱਥੇ ਰੇਡੀ ਕੀਤਾ ਹੋਇਆ। ਤੁਸੀਂ ਇਹ ਦੇਖੋ, ਆਰਟ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਜਿਵੇਂ ਦੁਬਈ ਦੇ ਵਿੱਚ ਬੀਚ ਦੇ ਉੱਤੇ ਚੀਜ਼ਾਂ ਨੇ, ਠੀਕ ਹੈ ਜੀ, ਦੁਬਈ ਦੇ ਮਿਊਜ਼ੀਅਮ ਦੇ ਵਿੱਚ ਚੀਜ਼ਾਂ ਨੇ, ਉਹ ਐਜ਼ ਇਟ ਇਜ਼ ਹੀ ਇੱਥੇ ਪਈਆਂ ਨੇ। ਜੋ ਆਹ ਲੈਂਪਸ ਪਏ ਨੇ, ਠੀਕ ਹੈ ਨਾ, ਉਵੇਂ ਲੈਂਪ ਪਏ ਨੇ, ਠੀਕ ਹੈ ਜੀ। ਜਿਹੜੇ ਆਪਣੇ ਬਾਹਰ ਬਾਉਂਡਰੀ ਲੈਂਪਸ ਲੱਗਦੇ ਹੁੰਦੇ ਸੀਗੇ ਉਹ ਵੀ ਐਵੇਂ ਹੀ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਇੱਕੋ ਛੱਤ ਦੇ ਥੱਲੇ ਇਹ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ। ਤੁਸੀਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਤੁਹਾਨੂੰ ਏਅਰਪੋਰਟ ਚਾਹੀਦਾ, ਏਅਰਪੋਰਟ ਅਵੇਲੇਬਲ ਹੈ, ਤੁਹਾਨੂੰ ਦੁਬਈ ਦਾ ਫੀਲ ਚਾਹੀਦਾ ਦੁਬਈ ਇੱਥੇ ਹੈ, ਤੁਹਾਨੂੰ ਟ੍ਰੇਨ ਦਾ ਸੀਨ ਚਾਹੀਦਾ ਟ੍ਰੇਨ ਇੱਥੇ ਹੈ, ਵਾਈਟ ਬਲੈਕ ਗ੍ਰੀਨ ਕਰੋਮਾ ਸਭ ਕੁਛ ਅਵੇਲੇਬਲ ਹੈ, ਪਲੇਨ ਦਾ ਸੀਨ ਸਭ ਕੁਛ ਅਵੇਲੇਬਿਲਟੀ ਇੱਥੇ ਹੈ। ਅਤੇ ਆਲਮੋਸਟ ਹੁਣ ਥੋੜ੍ਹੀ ਚੀਜ਼ਾਂ ਹੋਰ ਵੀ ਇੱਥੇ ਰੇਡੀ ਹੋ ਰਹੀਆਂ ਨੇ, ਜਿਵੇਂ ਹੁਣ ਇੱਥੇ ਕੱਚੇ ਘਰ ਰੇਡੀ ਕਰਵਾ ਰਹੇ ਨੇ, ਉਹ ਭਾਅ ਜੀ ਨਾਲ ਗੱਲ ਹੋਈ ਸੀ ਅਤੇ ਉਹ ਕਹਿੰਦੇ ਕਿ ਅਪਰੋਕਸੀਮੇਟਲੀ 3 ਤੋਂ 4 ਮਹੀਨੇ ਦੇ ਅੰਦਰ ਉਹ ਵੀ ਕੰਮ ਸ਼ੁਰੂ ਹੋ ਜੂਗਾ ਇੱਥੇ। ਔਰ ਇੱਕ ਇਹਨਾਂ ਨੇ ਹਵੇਲੀ ਬਣਾਉਣੀ ਹੈ ਪਲੱਸ ਜੈਪੁਰੀ ਸੈੱਟ ਲੱਗਣਾ, ਸੋ ਉਹ ਚੀਜ਼ ਲਈ ਥੋੜ੍ਹੀ ਬਹੁਤੀ ਵੇਟ ਕਰਨੀ ਪਊਗੀ। ਅਤੇ ਜਿੰਨਾ ਕੁ ਹਜੇ ਜਿੰਨਾ ਆਲਮੋਸਟ ਜਿੰਨਾ ਰੇਡੀ ਪਿਆ, ਠੀਕ ਹੈ ਨਾ, ਤੁਸੀਂ ਆਓ ਅਤੇ ਵਿਜ਼ਿਟ ਕਰੋ ਅਤੇ ਆਪਣਾ ਸ਼ੂਟ ਕੰਪਲੀਟ ਕਰੋ। ਅਤੇ ਇਹ ਇੱਥੇ ਅੰਦਰ ਇਹਦੇ ਐਡੀਟੋਰੀਅਮ ਆ, ਅਪਰੋਕਸੀਮੇਟਲੀ 5,000 ਤੋਂ 6,000 ਬੰਦਾ, ਜੇ ਤੁਸੀਂ ਵੱਡਾ ਕੋਈ ਫੰਕਸ਼ਨ ਕਰਨਾ ਤਾਂ ਤੁਸੀਂ ਇਹਦੇ ਅੰਦਰ ਕਰ ਸਕਦੇ ਹੋ, ਕਿਉਂਕਿ ਇਹ ਬਹੁਤ ਵੱਡਾ ਐਡੀਟੋਰੀਅਮ ਆ, ਬਹੁਤ ਵੱਡਾ ਹਾਲ ਆ, ਤਾਂ ਤੁਸੀਂ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦਾ ਈਵੈਂਟ ਕਰ ਸਕਦੇ ਹੋ। ਅਤੇ ਇਹ ਪਿੱਛੇ ਜਿਹੜਾ ਤੁਹਾਨੂੰ ਦੱਸਿਆ ਸੀ ਕੱਚੇ ਘਰ ਅਤੇ ਜਿਹੜੀ ਹਵੇਲੀ ਬਣਨੀ ਹੈ, ਇੱਕ ਇੱਧਰ ਬਣ ਇੱਧਰ ਬਣਾਉਣੀ ਹੈ ਅਤੇ ਇੱਕ ਇਹਦੇ ਬੈਕ ਸਾਈਡ 'ਤੇ ਇੱਕ ਹੋਰ ਹੈ, ਅਤੇ ਉਹ ਏਰੀਆ ਵੀ। ਅਤੇ ਇਹ ਆ ਗਏ ਜੀ ਆਪਾਂ ਵਾਈਟ ਅਤੇ ਬਲੈਕ ਕਰੋਮਾ, ਜਿਹੜੇ ਵੀ ਮਤਲਬ ਮਿਊਜ਼ਿਕ ਵੀਡੀਓ ਸ਼ੂਟ ਕਰਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਪਤਾ ਹੈ ਕਿ ਵਾਈਟ ਅਤੇ ਬਲੈਕ ਕਰੋਮਾ ਉਹਨਾਂ ਲਈ ਕਿੰਨੇ ਮਾਇਨੇ ਰੱਖਦਾ, ਠੀਕ ਹੈ ਜੀ। ਫੋਟੋ ਸ਼ੂਟ ਲਈ ਬਹੁਤ ਜ਼ਰੂਰੀ ਹੁੰਦਾ ਹੈ ਵਾਈਟ ਕਰੋਮਾ। ਅਤੇ ਦੋਸਤੋ ਹੁਣ ਆਪਾਂ ਆ ਗਏ ਜੀ ਪ੍ਰਾਈਵੇਟ ਜੈੱਟ 'ਚ। ਦੇਖੋ ਕਿਆ ਬਾਤ ਹੈ, ਤੁਹਾਨੂੰ ਦਿਖਾਉਂਦੇ ਹਾਂ ਸਭ ਤੋਂ ਸਪੈਸ਼ਲ ਚੀਜ਼ ਜੋ ਪੰਜਾਬ 'ਚ ਕਿਸੇ ਵੀ ਸ਼ੂਟਿੰਗ ਪਲੇਸਿਸ 'ਤੇ ਨਹੀਂ ਬਣੀਆਂ ਹੋਈਆਂ, ਉਹ ਹੈ ਇਹ, ਦੇਖੋ ਜੀ। ਔਰ ਸਭ ਤੋਂ ਵੱਡੀ ਗੱਲ, ਇਹ ਟ੍ਰੇਨ ਮੂਵ ਵੀ ਹੁੰਦੀ ਹੈ, ਠੀਕ ਹੈ ਜੀ, ਇਹ ਟ੍ਰੇਨ ਮੂਵ ਹੁੰਦੀ ਹੈ। ਅਤੇ ਦੇਖੋ ਡਿਟੇਲਿੰਗ ਚੈੱਕ ਕਰੋ ਤੁਸੀਂ, ਪਟੜੀਆਂ ਓਮੀ ਪਟੜੀਆਂ ਨੇ, ਸਾਰਾ ਕੁਛ ਓਮੀ ਹੈ, ਦੇਖੋ ਡਿਟੇਲ। ਇਹ ਵੀ ਨੈਕਸਟ ਮੰਥ ਰੇਡੀ ਹੋ ਜੂਗੀ, ਮਤਲਬ ਜਿਹੜਾ ਪੇਂਟ ਦਾ ਥੋੜ੍ਹਾ ਬਹੁਤਾ ਵਰਕ ਰਹਿੰਦਾ, ਕਿਉਂਕਿ ਇੱਥੇ ਥੋੜ੍ਹਾ ਜਿਹਾ ਜਿਹੜਾ ਪਟੜੀਆਂ ਵਾਲਾ ਹਿੱਸਾ ਹੈ ਇਹ ਥੋੜ੍ਹਾ ਜਿਹਾ ਕਲੀਨ ਕਰਨਾ ਬਾਕੀ ਹੈ,
ਅਤੇ ਫਿਰ ਇਹ ਵੀ ਚੱਲਣ ਯੋਗ ਵੀ ਹੋ ਜੂਗੀ। ਅਤੇ ਤੁਸੀਂ ਟ੍ਰੇਨ ਦਾ ਡੱਬਾ ਦੇਖੋ, ਲੱਗਦਾ ਨਾ ਐਵੇਂ ਕਿ ਟ੍ਰੇਨ ਦਾ ਡੱਬਾ ਸੱਚੀ ਓ ਚੱਕ ਲਿਆ। ਅਤੇ ਹੁਣ ਤੁਸੀਂ ਇਹ ਡਿਟੇਲਿੰਗ ਚੈੱਕ ਕਰੋ ਕਿ ਜਿੰਨਾ ਵੀ ਇਹਦੇ ਅੰਦਰ ਆ ਸਮਾਨ ਹੈ ਨਾ, ਜੋ ਵੀ ਆ ਸਾਰੀ ਆਰਟ ਦਾ ਕੰਮ ਹੋਇਆ, ਇਹ ਸਾਰਾ ਬਹੁਤ ਜ਼ਿਆਦਾ ਹੈਵੀ ਮਟੀਰੀਅਲ ਦਾ ਬਣਿਆ ਹੋਇਆ, ਤਾਂ ਕਿ ਜੇ ਕੋਈ ਇਹਦੇ 'ਤੇ ਬੈਠੇ ਤਾਂ ਉਹ ਗਿਰੇ ਨਾ, ਮਤਲਬ ਕੋਈ ਸੱਟ ਵੇਟ ਨਾ ਲੱਗੇ। ਠੀਕ ਹੈ ਜੀ, ਹਜੇ ਇਹਦਾ ਵੀ ਕੰਮ ਚੱਲ ਰਿਹਾ। ਦੇਖੋ ਪੱਖੇ ਵੀ ਸੇਮ ਟੂ ਸੇਮ ਇਹਨਾਂ ਨੇ ਐਜ਼ ਇਟ ਇਜ਼ ਉਹੀ ਲਾਏ ਨੇ ਜੋ, ਅਤੇ ਤੁਹਾਨੂੰ ਬਿਲਕੁਲ ਐਵੇਂ ਨਹੀਂ ਲੱਗਣਾ ਕਿ ਇਹ ਸੈੱਟ ਹੈ, ਕਿਉਂਕਿ ਇਹ ਇਹਦੀ ਫੀਲ ਇੰਨੀ ਸੋਹਣੀ ਬਣਾਈ ਹੋਈ ਹੈ ਕਿ ਤੁਹਾਨੂੰ ਐਂ ਲੱਗੂਗਾ ਕਿ ਇਹ ਅਸਲੀ ਟ੍ਰੇਨ ਦਾ ਡੱਬਾ ਹੀ ਚੱਕ ਕੇ ਇੱਥੇ ਰੱਖ ਲਿਆ, ਜਦਕਿ ਇਹ ਸਾਰਾ ਸੈੱਟ ਇੱਥੇ ਰੇਡੀ ਹੋਇਆ ਹੋਇਆ। ਔਰ ਇਹ ਇੰਨਾ ਕੁ ਹੈਵੀ ਡਿਊਟੀ ਹੈ, ਤੁਸੀਂ ਇਹਦੇ ਉੱਤੇ ਬਹਿ ਜਾਓ, ਪੈ ਜਾਓ, ਠੀਕ ਹੈ, ਇਹਦੇ ਉੱਤੇ ਪੈ ਜਾਓ। ਓਰੀਜਨਲ ਟ੍ਰੇਨ ਦੇ ਵਿੱਚ ਲੱਗੇ ਹੁੰਦੇ ਨੇ, ਇੱਕ ਤਰ੍ਹਾਂ ਦੀ ਓਰੀਜਨਲ ਟ੍ਰੇਨ ਹੀ ਹੈ। ਤੁਸੀਂ ਇਹ ਦੇਖ ਸਕਦੇ ਹੋ ਨਾਲ ਜਿਹੜਾ ਆਪਣਾ ਪਲੇਟਫਾਰਮ ਆ, ਅਤੇ ਜਿਵੇਂ ਪੈਸੇਜ ਏਰੀਆ ਬਣਿਆ ਹੁੰਦਾ ਰੇਲਵੇ ਸਟੇਸ਼ਨ 'ਤੇ, ਅਤੇ ਉਹੀ ਸੇਮ ਪੈਸੇਜ ਏਰੀਆ ਇੱਧਰ, ਅਤੇ ਗ੍ਰੀਨਰੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਗ੍ਰੀਨਰੀ ਹੈ। ਅਤੇ ਇੱਕ ਮਿੰਟ ਭਾਅ ਜੀ ਉਹਨਾਂ ਨੇ ਹੁਣ ਦੱਸਿਆ ਕਿ ਉਹ ਜਿਹੜਾ ਏਰੀਆ ਬੈਕ ਸਾਈਡ 'ਤੇ, ਇਹ ਤਕਰੀਬਨ ਜਿੰਨਾ ਏਰੀਆ ਹੁਣ ਮੈਂ ਤੁਹਾਨੂੰ ਦਿਖਾਇਆ ਉਦੋਂ ਡਬਲ ਏਰੀਆ ਪਿਛਲੇ ਪਾਸੇ ਹੈ, ਉੱਥੇ ਬਣ ਰਹੇ ਨੇ ਕੱਚੇ ਘਰ, ਜੈਪੁਰੀ ਹਵੇਲੀ, ਅਤੇ ਇੱਕ ਬਣਨਾ ਸੀ ਭਾਅ ਜੀ ਕਹਿੰਦੇ ਆਪਣੀ ਪੰਜਾਬੀ ਹਵੇਲੀ, ਉਹ ਕਹਿੰਦੇ ਕਿ ਉਹ ਥੋੜ੍ਹੇ ਟਾਈਮ ਤੱਕ ਰੇਡੀ ਹੋਊਗੀ, ਕਿਉਂਕਿ ਉਹ ਥੋੜ੍ਹਾ ਜਗ੍ਹਾ ਜਿਹੜੀ ਹੈ ਉਹ ਮੇਨਟੇਨ ਕਰ ਰਹੇ ਨੇ, ਕਿਉਂਕਿ ਉੱਥੇ ਪਹਿਲਾਂ ਭਾਅ ਜੀ ਕਹਿੰਦੇ ਅਸੀਂ ਡੰਪ ਜਿਹਾ ਬਣਾਇਆ ਸੀ, ਬਟ ਉਹਨੂੰ ਹੁਣ ਕਲੀਨ ਕਰਕੇ ਅਸੀਂ ਪ੍ਰੋਪਰ ਬਣਾਵਾਂਗੇ। ਦੋਸਤੋ ਜੇ ਤੁਹਾਨੂੰ ਇਹ ਵਲੋਗ ਚੰਗਾ ਲੱਗ ਰਿਹਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਅਤੇ ਤੁਸੀਂ ਇਹ ਦੱਸਿਓ ਕਿ ਅੱਜ ਦਾ ਵਲੋਗ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ। ਇਹ ਬਣਿਆ ਹੈ ਜੀ ਹੋਸਪਿਟਲ, ਠੀਕ ਹੈ ਜੀ, ਹੋਸਪਿਟਲ ਮਲਟੀ ਸਪੈਸ਼ਲਿਸਟ ਹੋਸਪਿਟਲ, ਠੀਕ ਹੈ, ਕਿਉਂਕਿ ਵਾਹ ਵਾਹ ਵਾਹ, ਦੇਖੋ ਜੀ ਰਿਸੈਪਸ਼ਨ, ਫਾਰਮੈਸੀ, ਅਤੇ ਫਾਰਮੈਸੀ ਬਣੀ ਹੋਈ ਹੈ, ਇੱਧਰ ਜਾਂਦੇ ਜੀ। ਅਤੇ ਇਹ ਹੈ ਜੀ ਜਿਹੜੇ ਆਪਣੇ ਜਨਰਲ ਵਾਰਡ ਹੁੰਦੇ ਨੇ, ਦੇਖੋ ਲੱਗਦਾ ਬਿਲਕੁਲ ਹੋਸਪਿਟਲ, ਲੱਗ ਰਿਹਾ ਨਾ ਕਿ ਪ੍ਰੋਪਰ ਹੋਸਪਿਟਲ ਹੈ, ਬਿਲਕੁਲ ਵੀ ਤੁਹਾਨੂੰ ਐਂ ਨਹੀਂ ਫੀਲ ਹੋਣਾ ਕਿ ਆਪਾਂ ਫਿਲਮ ਸਿਟੀ 'ਚ ਖੜ੍ਹੇ ਹਾਂ ਜਾਂ ਹੋਸਪਿਟਲ 'ਚ ਖੜ੍ਹੇ ਹਾਂ। ਸੀਟਿੰਗ ਦਾ ਅਰੇਂਜਮੈਂਟ ਹੈ ਜਿਵੇਂ ਹੋਸਪਿਟਲ ਦੇ ਵਿੱਚ ਜੋ ਮਾਹੌਲ ਹੁੰਦਾ ਉਹ ਐਜ਼ ਇਟ ਇਜ਼, ਕਿਉਂਕਿ ਉਹ ਤਾਂ ਪ੍ਰੋਪਸ ਆਉਣੀਆਂ ਸੀਗੀਆਂ। ਤਾਂ ਇਹ ਹੈਗਾ ਜੀ ਇਹਨਾਂ ਦਾ ਓਪਰੇਸ਼ਨ ਥੀਏਟਰ, ਦੇਖੋ ਜੀ ਓਪਰੇਸ਼ਨ ਥੀਏਟਰ, ਦੇਖੋ ਸਾਰੇ ਇਕੁਇਪਮੈਂਟਸ, ਠੀਕ ਹੈ ਜੀ, ਉਵੇਂ ਪਏ ਨੇ ਇੱਥੇ, ਮਰੀਜ਼ ਨੂੰ ਲਟਾ ਕੇ ਉਹਦੀ ਚੀਰ ਫਾੜ ਕਰੀ ਜਾਂਦੀ ਹੈ, ਸੋ ਹਾਸਾ ਮਜ਼ਾਕ ਨਾਲ ਨਾਲ ਚੱਲੀ ਜਾ ਰਿਹਾ ਜੀ। ਅਤੇ ਬਹੁਤ ਸੋਹਣੀ ਫਿਲਮ ਸਿਟੀ ਜੋ ਪੰਜਾਬ ਦੇ ਵਿੱਚ ਉਪਰਾਲਾ ਕੀਤਾ, ਅਤੇ ਬਹੁਤ ਸੋਹਣਾ ਲੱਗਿਆ ਦੇਖ ਕੇ। ਅਤੇ ਜਿਹਨੇ ਵੀ ਸ਼ੂਟ ਕਰਨਾ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਐਕਚੁਅਲੀ ਫਿਲਮ ਸਿਟੀ ਦੀ ਡਿਟੇਲਸ ਔਰ ਫੋਨ ਨੰਬਰ ਮੈਂ ਤੁਹਾਨੂੰ ਮੈਨਸ਼ਨ ਕਰ ਦੂੰਗਾ, ਸੋ ਪਲੀਜ਼ ਜਿੰਨੀਆਂ ਵੀ ਇਨਕੁਆਇਰੀਜ਼ ਨੇ ਤਾਂ ਤੁਸੀਂ ਸਾਨੂੰ ਦੇ ਸਕਦੇ ਹੋ। ਸੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਪੁਲਿਸ ਸਟੇਸ਼ਨ, ਇੱਦਾਂ ਹੀ ਹੁੰਦਾ ਨਾ ਜੀ ਪੁਲਿਸ ਸਟੇਸ਼ਨ, ਦੇਖ ਲਓ, ਕਿਉਂਕਿ ਮੈਂ ਤਦ ਤੱਕ ਥਾਣੇ ਗਿਆ ਨਹੀਂ। ਸੋ ਦੇਖੋ ਪੂਰਾ ਹੈਵੀ ਡੋਰ ਲੱਗਿਆ ਹੋਇਆ ਔਰ ਵਿਦ ਫੁੱਲ ਡਿਟੇਲਿੰਗ, ਦੇਖੋ ਜੀ ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਅਤੇ ਇਹ ਭਾਅ ਜੀ ਨੇ ਮੈਨੂੰ ਵੈਸੇ ਦਿਖਾਉਣ ਤੋਂ ਮਨਾ ਕੀਤਾ ਸੀਗਾ, ਅਤੇ ਭਾਅ ਜੀ ਕਹਿੰਦੇ ਭਾਅ ਜੀ ਇਹ ਨਾ ਦਿਖਾਇਓ, ਸੋ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿ ਅਗਰ ਕਿਸੇ ਨੇ ਇੱਥੇ ਸ਼ੂਟ ਕਰਨਾ ਤਾਂ ਉਹ ਇੱਥੇ ਆ ਕੇ ਆਪਣਾ ਸ਼ੂਟ ਕਰ ਸਕਦਾ, ਤਾਂ ਅਗਲੇ ਨੂੰ ਇੱਕ ਰੈਫਰੈਂਸ ਵੀ ਮਿਲ ਜਾਂਦਾ ਕਿ ਹਾਂ ਇੱਥੇ ਇਹ ਚੀਜ਼ਾਂ ਮਿਲਦੀਆਂ ਨੇ। ਅਤੇ ਨਾਲ ਨਾਲ ਇੱਥੇ ਹਜੇ ਮੇਨਟੇਨੈਂਸ ਦਾ ਥੋੜ੍ਹਾ ਜਿਹਾ ਕੰਮ ਚੱਲ ਰਿਹਾ, ਕਿਉਂਕਿ ਭਾਅ ਜੀ ਕਹਿੰਦੇ ਕਿ ਪਰਸੋਂ ਚੌਥੇ ਕੋਈ ਲਾਈਟ ਇੱਥੇ ਸ਼ੂਟ ਹੋਇਆ, ਤਾਂ ਉਹ ਲਾਈਟ ਵਾਲੇ ਨੇ ਇੱਥੋਂ ਕੋਈ ਚੀਜ਼ ਗਿਰ ਗਈ ਲਾਈਟ ਵਾਲੇ ਤੋਂ, ਤਾਂ ਉਹਨਾਂ ਨੇ ਇਹਨਾਂ ਦਾ ਥੋੜ੍ਹਾ ਜਿਹਾ ਨੁਕਸਾਨ ਕਰਤਾ, ਤਾਂ ਭਾਅ ਜੀ ਕਹਿੰਦੇ ਕਿ ਉਹ ਵੀ ਭਾਅ ਜੀ ਅਸੀਂ ਰਿਪੇਅਰ ਕਰਵਾ ਰਹੇ ਹਾਂ। ਅਤੇ ਨਾਲ ਹੀ ਇਹ ਹੈਗਾ ਜੀ ਇਹਨਾਂ ਦਾ ਕੋਰਟ ਰੂਮ, ਕੋਰਟ ਰੂਮ ਦੀ ਐਕਚੁਅਲੀ ਆਪਾਂ ਨੂੰ ਕੀ ਨਹੀਂ ਮਿਲੀ, ਕਿਉਂਕਿ ਭਾਅ ਜੀ ਕਹਿੰਦੇ ਕਿ ਜਿਹੜਾ ਸਮਾਨ ਹੈ ਕੋਰਟ ਰੂਮ ਦੇ ਅੰਦਰ ਤਾਂ ਉਹ ਪ੍ਰੋਪਰ ਹਜੇ ਮੇਨਟੇਨ ਨਹੀਂ ਆ, ਕਿਉਂਕਿ ਕੁਛ ਸਫਾਈ ਕਰਕੇ ਕਹਿੰਦੇ ਉਹ ਕੁਛ ਕੁ ਚੀਜ਼ਾਂ ਇੱਧਰ ਉੱਧਰ ਰੱਖੀਆਂ, ਕਹਿੰਦੇ ਉਹ ਜਿੱਦਣ ਅਸੀਂ ਪ੍ਰੋਪਰ ਕਰ ਦਾਂਗੇ ਤਾਂ ਸੈੱਟ, ਅਤੇ ਉੱਦਣ ਤੁਹਾਨੂੰ ਦੱਸਾਂਗੇ, ਤੁਸੀਂ ਫਿਰ ਉਹਦੀ ਵੀਡੀਓ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ।
ਅਤੇ ਇਹ ਆ ਗਿਆ ਜੀ ਤੁਹਾਡਾ ਮੌਲ ਏਰੀਆ ਜਾਂ ਏਅਰਪੋਰਟ ਏਰੀਆ ਲਾ ਲਓ, ਕਿਉਂਕਿ ਏਅਰਪੋਰਟ ਦੀ ਜਿਹੜੀ ਉਹ ਸਟਰਕਚਰ ਹੁੰਦਾ ਉਹ ਸੇਮ ਐਜ਼ ਇਟ ਇਜ਼ ਹੀ ਹੁੰਦਾ। ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗ੍ਰੀਨ ਵਾਲਸ ਦੇ ਅੰਦਰ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇੱਥੇ ਇੰਨੀ ਕੁ ਗ੍ਰੀਨਰੀ ਹੈ ਨਾ, ਤੁਸੀਂ ਸੋਚ ਨਹੀਂ ਸਕਦੇ। ਦੇਖੋ ਜੀ ਕਿਆ ਸਟਰੀਟ ਹੈ, ਜੇ ਪ੍ਰੀ ਵੈਡਿੰਗ ਵਾਲਿਆਂ ਲਈ ਇਹ ਤਾਂ ਸਵਰਗ ਹੈ। ਅਤੇ ਆਹ ਦੇਖੋ ਜੀ ਕਿੰਨਾ ਸੋਹਣਾ ਬਣਾਇਆ, ਵਾਹ ਕਮਾ ਵਾਹ ਕਮਾ। ਇੱਥੇ ਜਿਹੜਾ ਆਰਟਿਸਟ ਆਉਂਦੇ ਨੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਐਂ ਹੁੰਦਾ ਕਿ ਇਹ ਆਊਟਿੰਗ ਏਰੀਆ 'ਚ ਬੈਠੀ ਹੈ, ਸੋ ਉਹਨਾਂ ਲਈ ਇਹ ਪ੍ਰਬੰਧ ਵੀ ਹੈ, ਇੱਥੇ ਬੈਠ ਸਕਦੇ ਨੇ। ਦੇਖੋ ਜੀ, ਅਤੇ ਜੇ ਕਿਸੇ ਨੇ ਆਰਟਿਸਟ ਨੇ ਆਪਣਾ ਸੈਪਰੇਟਲੀ ਬੈਠਣਾ, ਠੀਕ ਹੈ, ਵਿਦ ਨੋ ਇੰਟਰਫੇਰੈਂਸ, ਸੋ ਇੱਥੇ ਆ ਕੇ ਬੈਠ ਸਕਦੇ ਨੇ ਉਹ ਵੀ। ਦੇਖੋ ਜੀ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵਾਓ। ਸੋ ਹੁਣ ਅਸੀਂ ਆ ਗਏ ਜੀ ਫਿਰ ਉਹੀ ਮੇਨ ਗੇਟ 'ਤੇ, ਅਤੇ ਸਿਕਿਉਰਿਟੀ ਇੱਥੇ 24 hours ਹੈ। ਜੀ ਇਹਨਾਂ ਦਾ ਅਮੈਰੀਕਨ ਸਟਰੀਟ, ਇਹ ਵੀ ਰੇਡੀ ਹੋ ਰਹੀ ਹੈ। ਪੂਰਾ ਵੁਡਨ ਦੇ ਵਿੱਚ ਰੇਡੀ ਹੈ। ਅਤੇ ਇੱਧਰ ਜਿਹੜੇ ਵੀ KFC, ਬਰਗਰ ਕਿੰਗ, ਠੀਕ ਹੈ ਨਾ, ਉਹ ਸ਼ੋਪਸ, ਪੋਪਕੋਰਨਸ ਵਗੈਰਾ ਦੀ ਜਿਹੜੀ ਸ਼ੋਪਸ ਨੇ, ਅਤੇ ਇਹ ਰੇਡੀ ਹੋ ਰਹੀਆਂ ਨੇ। ਇਹ ਅਪਰੋਕਸੀਮੇਟਲੀ ਇਹ ਵੀਕ ਦੇ ਅੰਦਰ ਅੰਦਰ ਜਾਂ ਨੈਕਸਟ ਵੀਕ ਦੇ ਅੰਦਰ ਅੰਦਰ ਰੇਡੀ ਹੋ ਜਾਣਗੀਆਂ। ਅਤੇ ਤੁਸੀਂ ਡਿਟੇਲਿੰਗ ਚੈੱਕ ਕਰੋ, ਜਿਵੇਂ ਦੀ ਬਾਹਰ ਦੇ ਜਿਹੜੇ ਕੰਸੈਪਟਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਉਹ ਚੀਜ਼ਾਂ ਤੁਹਾਨੂੰ ਸਾਰੀਆਂ ਇੱਥੇ ਪ੍ਰੋਵਾਈਡ ਕੀਤੀਆਂ ਗਈਆਂ ਨੇ ਵਿਦ ਪ੍ਰੋਪਰਟੀਜ਼, ਠੀਕ ਹੈ ਨਾ। ਜਿੰਨੀਆਂ ਪ੍ਰੋਪਸ ਪਈਆਂ ਨੇ ਇਹ ਸਾਰੀਆਂ ਇਹਦੇ ਵਿੱਚ ਇਨਕਲੂਡਿਡ ਨੇ। ਅਤੇ ਇਹ ਬਣਿਆ ਜੀ ਕਾਰ ਗੈਰਾਜ, ਅਤੇ ਇੱਧਰਲੇ ਪਾਸੇ ਪੋਪਕੋਰਨ ਸ਼ੋਪ, ਠੀਕ ਹੈ ਜੀ, ਅਤੇ ਨਾਲ ਆਈਸਕ੍ਰੀਮ। ਅਤੇ ਇਹ ਆ ਗਿਆ ਜੀ ਆਪਣਾ ਗੈਰਾਜ ਟੂਲ, ਇਹ ਸਾਰੇ ਅਸਲੀ ਨੇ, ਇਹਨਾਂ ਨੂੰ ਨਕਲੀ ਨਾ ਸਮਝਿਓ, ਇਹ ਸਾਰਾ ਕੁਝ ਅਸਲੀ ਹੈ। ਅਤੇ ਅਲਾਇ ਵੀਲਸ ਦੇਖੋ ਜੀ, ਇੱਥੇ ਰੇਡੀ ਹੋ ਰਿਹਾ ਜੀ ਚਾਈਨਾ ਟਾਊਨ, ਇਹ ਵੀ ਇਸ ਵੀਕ ਦੇ ਅੰਦਰ ਅੰਦਰ ਸਾਰਾ ਰੇਡੀ ਹੋ ਜੂਗਾ, ਕਿਉਂਕਿ ਸਿਰਫ ਇਹਦੇ ਪੇਂਟ ਦਾ ਕੰਮ ਚੱਲ ਰਿਹਾ, ਬਾਕੀ ਸਾਰਾ ਕੁਝ ਰੇਡੀ ਹੈ। ਸੋ ਸੱਜਣਾ ਤੁਸੀਂ ਡਿਟੇਲਿੰਗ ਚੈੱਕ ਕਰੋ, ਇਹ ਇਹਨਾਂ ਨੇ ਜੈਪੁਰੀ ਸੈੱਟ ਲਾਇਆ। ਦੇਖੋ ਜੀ ਇੱਕ ਸੈੱਟ ਇੱਥੇ ਇਹੋ ਜਿਹੇ ਵੀ ਨੇ ਜੋ ਇੱਥੇ ਰੇਡੀ ਹੋ ਰਹੇ ਨੇ, ਇੱਥੇ ਕੰਮ ਚੱਲ ਰਿਹਾ ਡੇ ਬਾਏ ਡੇ। ਸੋ ਕੁਝ ਕੁ ਸੈੱਟ ਤਾਂ ਇੱਥੇ ਰੇਡੀ ਹੋ ਰਹੇ ਨੇ, ਡਿਟੇਲਿੰਗ ਚੈੱਕ ਕਰੋ। ਕੁਝ ਕੁ ਚੀਜ਼ਾਂ ਇੱਥੇ ਮੇਨਟੇਨੈਂਸ ਚੱਲ ਰਹੀਆਂ ਨੇ, ਜਿਵੇਂ ਆਹ ਤੁਹਾਨੂੰ ਇੱਕ ਸੈੱਟ ਹੋਰ ਦਿਖਾਉਣਾ, ਇਹ ਹਜੇ ਰੇਡੀ ਹੋ ਰਿਹਾ। ਜਿੱਦਣ ਇਹ ਰੇਡੀ ਹੋ ਕੇ ਬਣਿਆ ਇਹ ਬਹੁਤ ਸੋਹਣਾ ਲੱਗਦਾ। ਐਕਚੁਲੀ ਮੈਂ ਖੁਦ HLV ਫਿਲਮ ਸਿਟੀ ਦਾ ਐਮਪਲਾਈ ਹਾਂ, ਅਤੇ ਮੈਂ ਇੱਥੇ ਐਜ਼ ਏ ਪ੍ਰੋਡਕਸ਼ਨ ਹੈੱਡ ਹਾਂ। ਸੋ ਤੁਹਾਨੂੰ ਕਿਸੇ ਵੀ ਚੀਜ਼ ਦੀ ਰਿਕੁਆਇਰਮੈਂਟ ਹੈ, ਸੋ ਤੁਸੀਂ ਮੈਨੂੰ ਦੱਸ ਸਕਦੇ ਹੋ, ਠੀਕ ਹੈ ਜੀ, ਜੋ ਵੀ ਚੀਜ਼ਾਂ ਹੋਣਗੀਆਂ ਐਜ਼ ਪਰ ਐਜ਼ ਪੋਸੀਬਲ, ਸੋ ਵੀ ਵਿਲ ਪ੍ਰੋਵਾਈਡ ਟੂ ਯੂ। ਸੋ ਅਤੇ ਜੀ ਮੇਰਾ ਆਫਿਸ, ਜਿਨ੍ਹਾਂ ਨੂੰ ਵਲੌਗ ਚੰਗਾ ਲੱਗਿਆ ਤਾਂ ਜ਼ਰੂਰ ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ, ਗੁੱਡ ਬਾਏ।